ਨਾਭਾ ਵਿਖੇ ਨਾਭਾ ਰੋਟੀ ਪੁਲ ਦੇ ਨਜ਼ਦੀਕ ਇੱਕ ਵੱਡਾ ਸੜਕੀ ਹਾਦਸਾ ਉਸ ਵੇਲੇ ਵਾਪਰ ਗਿਆ ਜਦੋਂ ਦੋ ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਅਤੇ ਕਾਰਾਂ ਇਸ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਕਿ ਹੁਣ ਉਹਨਾਂ ਦਾ ਚੱਲਣਾ ਵੀ ਮੁਸ਼ਕਲ ਲੱਗ ਰਿਹਾ। ਇੱਥੇ ਸਭ ਤੋਂ ਪਹਿਲਾਂ ਪਰਮਾਤਮਾ ਦੀ ਇਹ ਮਿਹਰ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਸੜਕ ਦੇ ਉੱਤੇ ਕਾਰਾਂ ਦੀ ਟੱਕਰ ਹੋ ਜਾਣ ਦੇ ਕਾਰਨ ਇਸ ਸੜਕ 'ਤੇ ਜਿਹੜੀਆਂ ਕਾਰਾਂ ਨੇ ਬਿਲਕੁਲ ਵਿਚਾਲੇ ਫਸ ਗਈਆਂ, ਜਿਸ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਉੱਥੇ ਪਹੁੰਚ ਕੀਤੀ ਅਤੇ ਆਪ ਖੁਦ ਪੁਲਿਸ ਦੇ ਨਾਲ ਧੱਕੇ ਲਵਾ ਲਵਾ ਕੇ ਇਹ ਜਿਹੜੀਆਂ ਕਾਰਾਂ ਨੇ ਇਹ ਸਾਈਡ 'ਤੇ ਕਰਵਾਈਆਂ ਅਤੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਜ਼ਿੰਦਗੀ ਇੱਕ ਵਾਰੀ ਮਿਲੀ ਹੈ, ਸੋ ਕੋਈ ਵੀ ਚੀਜ਼ ਹੈ ਉਸ ਦੇ ਵਿੱਚ ਕਾਹਲੀ ਨਾ ਕਰਿਆ ਕਰੋ। ਤੁਸੀਂ ਜਿੱਥੇ ਵੀ ਜਾਣਾ ਉੱਥੇ ਦੇਰੀ ਚੰਗੀ ਹੈ ਨਾ ਪਹੁੰਚਣ ਨਾਲੋਂ ਜ਼ਿਆਦਾ। ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ, ਉਹ ਤੁਹਾਨੂੰ ਸੁਣਾਉਂਦੇ ਆ ਕੀ ਕਹਿਣਾ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ। ਅੱਜ ਨਾਭਾ ਰੋਟੀ ਪੁਲਾਂ ਦੇ ਨੇੜੇ ਹੀ ਬੜਾ ਇੱਕ ਭਿਆਨਕ ਐਕਸੀਡੈਂਟ ਹੋਇਆ, ਇੱਕ ਮਰੂਤੀ ਵਾਲਾ ਓਵਰਟੇਕ ਕਰ ਰਿਹਾ ਸੀਗਾ, ਉਹਦਾ ਨੁਕਸਾਨ ਵੱਧ ਹੋਇਆ। ਦੂਜੇ ਪਾਸੇ ਕੋਈ ਟੈਕਸੀ ਸੀਗੀ ਹਰਿਆਣੇ ਦੀ, ਉਹਦਾ ਵੀ ਨੁਕਸਾਨ ਹੋਇਆ ਜੀ। ਸੋ ਆਪਾਂ ਕਾਹਲੀ ਦੇ ਵਿੱਚ ਕਈ ਵਾਰੀ ਇਹ ਗਲਤੀ ਕਰ ਬੈਂਦੇ ਹਾਂ, ਤਾਂ ਮੈਂ ਬੇਨਤੀ ਕਰਦਾ ਕਿ ਇੰਨਾ ਫਾਸ ਨਾ ਕੱਢੋ, ਆਰਾਮ ਨਾਲ ਕੱਢੋ। ਔਰ ਇਹਦੇ ਵਿੱਚ ਸੱਪਾਂ ਵੀ ਲੱਗੀਆਂ ਨੇ ਜੀ ਦੋਨੇ ਗੱਡੀਆਂ ਵਾਲਿਆਂ ਦੇ, ਸੋ ਆਪਾਂ ਨੂੰ ਕਿਤੇ ਨਾ ਕਿਤੇ ਧਿਆਨ ਦੇਣਾ ਚਾਹੀਦਾ। ਰਾਈਟ ਵੇ ਰੋਟੀ ਪੁਲਿਸ ਜਿਹੜੀ ਆ ਨਾਭੇ ਤੋਂ ਪਹੁੰਚ ਗਈ ਆ, ਤਫਤੀਸ਼ ਕਰ ਰਹੀ ਆ ਸਾਰੀ, ਅਤੇ ਡਰਾਈਵਰ ਦਾ ਵੀ ਹਾਲ ਚਾਲ ਪੁੱਛਿਆ, ਬਾਕੀਆਂ ਨੂੰ ਵੀ ਫਸਟ ਏਡ ਵਾਸਤੇ ਭੇਜਿਆ ਜੀ। ਸੋ ਅੱਗੇ ਤੋਂ ਧਿਆਨ ਕਰੋ, ਕਿਉਂਕਿ ਡਰਾਈਵਿੰਗ ਸੇਫਲੀ ਕਰੋ, ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਜੀ, ਵਾਰ ਵਾਰ ਨਹੀਂ ਮਿਲਦੀ।